ਜੋ ਗੁਰਬਾਣੀ ਨੂੰ ਦੱਸਦੇ ਹੋ ਜੋ ਗੁਰੂ ਦੀ ਫੋਟੋ ਇਹਦੇ ਅੰਦਰ ਆ ਕੇ ਬਹਿ ਜਾਂਦਾ ਜਦ ਇਹ ਸਾਫ਼ ਹੋ ਗਿਆ ਜਿਹੜਾ ਬੰਦਾ ਆਇਆ ਇਹਦੇ ਅੰਦਰ ਪੜ ਜਾਣਾ ਦੇਖ ਲੈਣਾ ਕੌਣ ਆ ਕਿੱਦਾਂ ਆ ਕੀ ਕਰਦਾ ਕਬੀਰ ਸਾਹਿਬ ਬਾਹਰ ਬੈਠੇ ਸੀ ਦਲਾਹੇ ਕਰਕੇ ਇਹਨਾਂ ਨੂੰ ਅੰਦਰ ਜਾਣ ਦਾ ਹੁਕਮ ਨਹੀਂ ਸੀ ਰਾਮਾਨੰਦ ਜੀ ਅੰਦਰ ਬੈਠੇ ਸੁਰਤੀ ਜੋੜ ਕੇ ਧਿਆਨ ਨਾਲ ਹੀ ਸੇਵਾ ਕਰਦੇ ਸੀ ਮੂਰਤੀ ਧਿਆਨ ਨਾਲੇ ਇਸ਼ਨਾਨ ਧਿਆਨ ਨਾਲੇ ਕੱਪੜੇ ਧਿਆਨ ਨਾਲੇ ਮੁਕਟ ਧਿਆਨ ਨਾਲੇ ਸਾਰਾ ਕੁਛ ਇੱਕ ਦਿਨ ਧਿਆਨ ਨਾ ਕਰਕੇ ਸਾਰਾ ਕੁਛ ਕਰਕੇ ਮੁਕਟ ਲਾਤਾ ਹਾਰ ਪਾਉਣ ਦੇ ਜਿੱਦਾਂ ਹੋ ਗਏ ਉਹ ਫਿਰ ਬਾਅਦ ਵਿੱਚ ਫਿਰ ਸੱਸੋ ਪੰਜ ਜੇ ਮੈਂ ਮੁਕਟ ਲਾਉਣਾ ਤਾਂ ਵੀ ਮਾੜੀ ਗੱਲ ਹੈ ਹਾਰ ਨਹੀਂ ਪਾਉਂਦਾ ਬਾਹਰ ਕਬੀਰ ਸਾਹਿਬ ਬੈਠੇ ਸੀ ਕਹਿੰਦੇ ਮਹਾਰਾਜ ਗੱਠ ਖੋਲ੍ਹ ਕੇ ਹਾਰ ਦੀ ਪਿਛਲੇ ਪਾਸੇ ਦੇ ਦਿਓ ਅੰਦਰੋਂ ਹੀ ਬਾਹਰੋਂ ਆਵਾਜ਼ ਮਾਰੀ ਕਹਿੰਦੇ ਤੂੰ ਹੁਣ ਗਾਹਾਂ ਆ ਜਾਇਆ ਕਰ ਸ਼ੀਸ਼ਾ ਸਾਫ਼ ਹੋ ਗਿਆ ਜਾਂ ਆਹ ਸ਼ੀਸ਼ਾ ਸਾਫ਼ ਹੋ ਗਿਆ ਤੁਹਾਡੀ ਸਾਰੀ ਫੋਟੋ ਅੰਦਰ ਆ ਜਾਓ ਜਿਹੜਾ ਬੰਦਾ ਸਾਹਮਣੇ ਆਇਆ ਉਹਦੀ ਇਕੱਲੀ ਇਕੱਲੀ ਗੱਲ ਅੰਦਰ ਆ ਜਾਓ ਇਹ ਕੌਣ ਹੈ ਜਿਹਨੇ ਜੇ ਸ਼ੀਸ਼ਾ ਭੰਗੜਾ ਆਇਆ ਇਹਨੂੰ ਪਤਾ ਲੱਗ ਕੈਸੇ ਗੰਗਾ ਮੀਰ ਕਬੀਰ ਮਨ ਨਿਰਮਲ ਪਾਇਆ ਹਲੇ ਵੀ ਗੰਗਾ ਨਿਰਮਲ ਆ ਪਾਚੇ ਲਾਗੋ ਹਰ ਪੁਰੇ ਦਾ ਜਿਉਂ ਨਦੀਆਂ ਨਾਲਿਆਂ ਟੋਟਿਆਂ ਦਾ ਜਲ ਜਾਏ ਪਊਗੇ ਸੁਰ ਸ੍ਰੀ ਪਾਵਨ ਪਵਿੱਤਰ ਹੋਏ ਜਾਏ ਇਹ ਵਡਿਆਈ ਸਤਿਗੁਰ ਨਿਰਵੈਰ ਦੀ ਨਿੰਦਕ ਦੁਸ਼ਟ ਸਭ ਨਾਲ ਰਲਾਏ ਅਸੀਂ ਨਿੰਦਕਾਂ ਨੂੰ ਵੜੇ ਨਹੀਂ ਭੁੱਕਣ ਦਿੰਦੇ ਸਾਡੇ ਜਹਾਜ਼ ਦਾ ਨੋਕ ਜਿਹਾ ਇਹ ਨਿੰਦਿਆ ਕਰਦਾ ਪੁਰਾਣੇ ਤਾਂ ਗੱਲਾਂ ਕਰਦਾ ਇਹ ਦੁਸ਼ਟ ਉਹ ਸਾਰੇ ਸਤਿਗੁਰ ਨੇ ਨਾਲ ਰਲਾ ਲਿਆ ਕਹਿੰਦੇ ਆ ਲੋ ਤੁਹਾਡਾ ਪਲਾ ਕਰ ਜੇ ਗੰਗਾ ਦੇ ਜਲ 'ਚ ਪਾਵਰ ਆ ਵੀ ਗੰਦੇ ਨਾਲੀਆਂ ਸੋਭਿਆਂ ਦੇ ਪਾਣੀ ਨੂੰ ਪਵਿੱਤਰ ਕਰਤਾ ਉਹ ਵੀ ਕਰ ਰਾਜੇ ਸਗਰ ਦੇ ਪਰਿਵਾਰ ਦੇ ਆਏ ਦਸੇ ਪਾਸੇ ਰਾਜਾ ਸ਼੍ਰੀ ਭਗੀਰਥ ਦਸੇ ਪਾਸੇ ਜਾਂ ਰਾਮ ਜੀ ਮਹਾਰਾਜ ਅੱਜ ਰਾਜਾ ਰਘੁ ਰਾਜਾ ਸਾਰੇ ਹੀ ਉਸੇ ਪੰਥ 'ਚ ਆਏ 60,000 ਪੁੱਤਰ ਕਪਲ ਮੁਨੀ ਨੇ ਮਾਰਤਾ ਸੀ ਉਹਦੇ ਗਤੀ ਨੂੰ ਲਿਆਉਂਦੀ ਸੀ ਬੰਦਾ